जिस वेले जे चुप करा सारे तीसरी बारी जनाब हजरत यूसुफ अलैहि सलाम दे भाई मिस्र शहर विच जांदे ने हजरत बिन्यामीन छोटे वीर नूं नाल लै उत्थे परी कचहरी दे विच जनाब हजरत यूसुफ अलैहि सलाम होरां ने पुछया कि भाई मैं इक वाकया सुनया तुसीं भरा दे नाल दा काम कीता छोटा जिहा साइड ते होया थोड़ा जिहा साइड ते होया जनाब हज़रत यूसुफ अलैहि सलाम होरां ने ओह बैनामे वाले कागज़ कढ के लै आंदा जदों भरावां ने बर्दा करके वेचिया सी ਉਹ ਜਿਸ ਵੇਲੇ ਸਾਹਮਣੇ ਹੋਇਆ ਕਾਗਜ਼ ਭਰਾਵਾਂ ਨੇ ਵੇਖੇ ਆਪਣੇ ਸਹਿਨ ਹੋਏ ਫਿਰ ਅੱਖਾਂ ਨੀਵੀਆਂ ਹੋ ਗਈਆਂ ਸ਼ਰਮਿੰਦਾ ਹੋ ਗਏ ਜਿਕਰ ਦਿਨ ਮਾਸ਼ਰ ਦੇ ਗੁਨਾਹਗਾਰਾਂ ਨੇ ਸ਼ਰਮਿੰਦਿਆ ਜਨਾਬ ਫਰਮਾਉਂਦੇ ਨੇ ਤੁਸੀਂ ਆਉਂਦੇ ਅਸੀਂ ਕੀਤਾ ਹੀ ਕੁਝ ਨਹੀਂ ਤੇ ਤੁਸੀਂ ਤੇ ਲਾ ਕੇ ਕੱਪੜੇ ਸੁੱਟਿਆ ਖੂਹ ਡੂੰਘੇ ਜਿਹੜਾ ਮਾਂ ਕਨਿਆਨ ਸਦਾਉਂਦਾ ਏ ਫਿਰ ਵੇਚਿਓ ਜੇ ਖੋਟੇ ਦਿਰਮ ਲੈ ਕੇ ਵਰਦਾ ਛੱਡ ਉਹ ਵਤਨ ਸਦਾਉਂਦਾ ਏ ਐਸਾ ਲਾਲ ਜਿਸਦਾ ਖਸਤਾ ਹਾਲ ਹੋਇਆ ਉਹ ਬਾਪ ਕਿਸ ਤਰ੍ਹਾਂ ਉਮਰ ਲੰਘਾਉਂਦਾ ਸੁਣਦੇ ਆ ਚੁੱਪ ਬੇਜਾਨ ਦਾਇਮ ਕੋਈ ਜੀਵ ਨਾ ਦਰਾ ਅਲਾਉਂਦਾ ਏ ਸਾਰਾ ਨਕਸ਼ਾ ਸਾਹਮਣੇ ਆ ਗਿਆ ਕਿ ਸਹਿਨ ਵੀ ਸਾਡੇ ਨੇ ਤੇ ਇਹ ਕੰਮ ਵੀ ਅਸਾਂ ਕੀਤਾ ਤੇ ਜਨਾਬ ਹਜ਼ਰਤ ਯੂਸੁਫ ਅਲੈਹਿਸ ਸਲਾਮ ਫਰਮਾਉਂਦੇ ਨੇ ਤੁਹਾਨੂੰ ਇਸ ਗੁਨਾਹ ਦੀ ਕੀ ਸਜ਼ਾ ਹੋਣੀ ਸੀ ਅਸੀਂ ਸ਼ਰਮਿੰਦੇ ਹਾਂ ਖੁਦਾ ਤੋਂ ਵੀ ਤੁਹਾਡੇ ਤੋਂ ਵੀ ਦੁਨੀਆਂ ਤੋਂ ਵੀ ਆਪਣੇ ਬਾਪ ਤੋਂ ਤੇ ਜੋ ਤੁਹਾਡਾ ਦਿਲ ਕਰਦਾ ਤੁਸੀਂ ਉਹ ਸਦਾ ਸੁਣਾ ਲਓ ਜਨਾਬ ਹਜ਼ਰਤ ਯਾਕੂਬ ਅਲੈਹਿਸ ਸਲਾਮ ਹੋਰਾਂ ਦੀ ਔਲਾਦ ਆਪ ਹੀ ਅਫਸਰ ਨੇ ਆਪ ਹੀ ਹੁਕਮ ਹਾਸਲ ਵਾਲੇ ਨੇ ਤੇ ਆਪ ਹੀ ਉਹਨਾਂ ਵਿੱਚੋਂ ਮੁਜਰਮ ਨੇ ਉੱਥੇ ਮੁਜਰਮਾਂ ਨੂੰ ਸਦਾ ਸੁਣਾਉਣ ਹੋਣ ਲੱਗੀ ਏ ਤੇ ਜਨਾਬ ਹਜ਼ਰਤ ਯੂਸੁਫ ਅਲੈਹਿਸ ਸਲਾਮ ਕੀ ਸਦਾ ਸੁਣਾਉਂਦੇ ਨੇ ਮੀਆਂ ਗਾਜ਼ੀ ਸਾਹਿਬ ਲਿਖਦੇ ਨੇ ਇਹ ਕੀਤਾ ਹੁਕਮ ਯੂਸੁਫ ਜਲਦੀ ਨੌਕਰਾਂ ਨੂੰ ਕੀਤਾ ਹੁਕਮ ਯੂਸੁਫ ਜਲਦੀ ਨੌਕਰਾਂ ਨੂੰ ਵੇ ਕੜੀਆਂ ਮਾਰ ਲਓ ਸਭ ਕਿਨਿਆਨੀਆਂ ਨੂੰ ਐ ਜਲਾ ਤੋ ਲੈ ਜਾ ਕੇ ਕਤਲ ਗਾਹੇ ਤੇ ਕਰ ਦਿਓ ਕਤਲ ਇਹਨਾਂ ਨੁਕਸਾਨੀਆਂ ਸਿਪਾਹੀਆਂ ਜਲਾਦਾਂ ਨੇ ਅਰਜ਼ ਕੀਤੀ ਕਿ ਸ਼ਹਿਨਸ਼ਾਹ ਮਿਸਰ ਅਤੇ ਹੁਣ ਤੁਸੀਂ ਆਪ ਇਹਨਾਂ ਦੇ ਹੱਥ ਧਵਾਏ ਨੇ ਆਪ ਪਲੰਗਾਂ ਤੇ ਬਾ ਕੇ ਰੋਟੀ ਦਿੱਤੀ ਏ ਤੇ ਤੁਸੀਂ ਹੁਕਮ ਕੀਤਾ ਕਿ ਜੋੜਾ ਜੋੜਾ ਹੋ ਕੇ ਬਹਿ ਕੇ ਖਾਓ ਇਹਨਾਂ ਕੋਲ ਕੀ ਗਲਤੀ ਹੋ ਗਈ ਹੈ ਐਡੀ ਸਖਤ ਸਜ਼ਾ ਸੁਣਾ ਰਹੇ ਜਨਾਬ ਫਰਮਾਉਂਦੇ ਨੇ ਇਸ ਵਾਸਤੇ ਇਹ ਕਰਕੇ ਜੁਰਮ ਅਜ਼ੀਮ ਨਹੀਂ ਸ਼ਰਮ ਕਰਦੇ ਜੋੜ ਦੱਸਦੇ ਨੇ ਕੂੜ ਕਹਾਣੀਆਂ ਨੂੰ ਤੇ ਕਰਕੇ ਟੁਕੜੇ ਵਿੱਚ ਨੀਲ ਦਰਿਆ ਰੋਲੋ ਕਰਕੇ ਟੁਕੜੇ ਵਿੱਚ ਨੀਲ ਦਰਿਆ ਰੋੜੋ ਬਦਲੇ ਕੀਤੀਆਂ ਦੇ ਮਿਲਣ ਕਵਾਨੀਆਂ ਨੂੰ ਲੈ ਨੌਕਰਾ ਮਾਰ ਸ਼ਤਾਬ ਸੰਗਲ ਹੱਥੀ ਫੜ ਕੇ ਤੇਗਾ ਹਰਿਆਣੀਆਂ ਨੂੰ ਛਮ ਛਮ ਰੋਮਦੇ ਸ਼ਾਮ ਦੇ ਪੇ ਮੁਜਰਮ ਤੇ ਕਰਦੇ ਯਾਦ ਫਿਰ ਰੁੱਤਾਂ ਜਿਹੜਾ ਵੇੜਾ ਗੁਜ਼ਰ ਜਾਏ ਚੌਧਰੀ ਜੀ ਉਹ ਹੱਥ ਨਹੀਂ ਆਉਂਦਾ ਅੱਖ ਬਨ ਕੇ ਕਰਨ ਪੁਕਾਰ ਉੱਚੀ ਤੇ ਡਾਂਡਾ ਚੂਰ ਦੇ ਕਾਰਾਂ ਪੁਰਾਣੀਆਂ ਨੂੰ ਤੇ ਦਾਇਮ ਦੱਬੇ ਗਏ ਅਸ਼ਰ ਦੇ ਰੋਦ ਵਾਂਗੂ ਦਾਇਮ ਦੱਬੇ ਗਏ ਅਸ਼ਰ ਦੇ ਰੋਦ ਵਾਂਗੂ ਤੇ ਅੱਖੀ ਤੱਕ ਕੇ ਅਮਾਲ ਨਿਸ਼ਾਨੀਆਂ ਨੂੰ ਆਪਣਾ ਜੁਰਮ ਸਬੂਤ ਕਰ ਲਿਆ ਤੇ ਸ਼ਹਿਨਸ਼ਾਹ ਅਸੀਂ ਵਾਕਿਆ ਹੀ ਗਲਤ ਹਾਂ ਅਸੀਂ ਇਹ ਕੰਮ ਕੀਤਾ ਪਰ ਇੱਕ ਸਾਡੀ ਅਰਜ਼ ਹੈ
ਅਸੀਂ ਤੇ ਆਪਣੇ ਗੁਨਾਹ ਦੀ ਸਜ਼ਾ ਪਾ ਲੈਣੀ ਹੈ ਤੇ ਨਾਮੇ ਮੌਲਾ ਉਸ ਰੱਬ ਸੱਚੇ ਦਾ ਵਾਸਤੇ ਹੀ ਜਿਹਦੇ ਹੁਕਮ ਦੇ ਮੁਤਾਬਕ ਇਹ ਸਾਨੂੰ ਸਜ਼ਾ ਮਿਲਣ ਲੱਗੀ ਹੈ ਕੀ ਕਰਨਾ ਹੈ ਇਹ ਲਾਇਕ ਕਤਲ ਦੇ ਅਸੀਆਂ ਜ਼ਰੂਰ ਤੇ ਸਾਡੀ ਔੜ ਚਿੱਤੀਆਂ ਦਾ ਬਦਲਾ ਪਾ ਲੈਂਦਾ ਓਏ ਜੀ ਸਾਡੇ ਹੋ ਕੇ ਸਮਾਂ ਅੱਖਾਂ ਦਾ ਨੂਰ ਮਿਲਾ ਯਥੀ ਆਉਂਦਾ ਅੱਖਾਂ